ਫਗਵਾੜਾ ਦੀ ਪੌਸ਼ ਕਲੋਨੀ ਹਰਗੋਬਿੰਦਨਗਰ ਵਿੱਚ ਡੋਮੀਨਸ ਪੀਜ਼ਾ ਦੇ ਬਾਅਦ ਇੱਕ ਪੁਲਿਸ ਵਾਲੇ ਨੇ ਸ਼ਰਾਬ ਦੇ ਨਸ਼ੇ ਵਿੱਚ I-20 ਕਾਰ 2-ਪਹੀਆ ਵਾਹਨ ਦੇ ਉੱਪਰ ਚੜ੍ਹਾ ਦਿੱਤੀ। ਇਸ ਮੌਕੇ ਕਈ ਹੋਰ ਅਨੇਕਾਂ ਵਾਹਨ ਵੀ ਸ਼ਤੀਗ੍ਰਸਤ ਹੋ ਗਏ। ਮੌਕੇ 'ਤੇ ਲੋਕਾਂ ਨੇ ਸ਼ਰਾਬੀ ਪੁਲਿਸ ਵਾਲੇ ਨੂੰ ਕਾਬੂ ਕਰ ਲਿਆ ਅਤੇ ਇਸ ਦੌਰਾਨ ਉਸਦੇ 2 ਹੋਰ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਆਪਣਾ ਸਰ, ਮੇਰਾ ਨਾਮ ਮਨੀਸ਼ ਕੁਮਾਰ ਸ਼ੁਕਲਾ ਸਰ। ਕੀ ਮਾਮਲਾ ਹੋਇਆ ਤੁਹਾਡੇ ਨਾਲ? ਸਰ, ਮੈਂ ਅਤੇ ਮੇਰਾ ਫਰੈਂਡ ਅਸੀਂ ਪੀਜ਼ਾ ਖਾ ਕੇ ਡੋਮੀਨੋਸ ਤੋਂ ਬਾਹਰ ਨਿਕਲੇ ਸੀਗੇ ਜੀ, ਅਤੇ ਅਸੀਂ ਕਿੱਕੇ ਮਾਰੀ ਸੀਗੀ। ਉਹ ਪਿੱਛੋਂ ਮੁਲਾਜ਼ਮ ਪੁਲਿਸ ਵਾਲੇ ਸਰ ਆਏ, ਪਿੱਛੋਂ ਨੇ 80 ਸਪੀਡ 'ਤੇ ਗੱਡੀ ਮਾਰੀ ਸਰ। ਮੈਂ ਇਹ ਮੇਰਾ ਯਾਦ ਅਤੇ ਮੈਨੂੰ ਖਿੱਚ ਰਿਹਾ ਸੀਗਾ, ਨਹੀਂ ਤਾਂ ਮੈਂ ਸਰ ਮਾਰ ਗਿਆ ਸੀ ਸਰ। ਮੈਂ ਅਸੀਂ ਮਾਰਦੇ ਮਾਰਦੇ ਬਚੇ ਸਰ। ਤੁਸੀਂ ਕਾਹਦੇ ਉੱਤੇ ਸੀ? ਹਾਂਜੀ ਸਰ, ਤੁਸੀਂ ਮੋਟਰਸਾਈਕਲ ਸਰ, ਮੇਰਾ ਮੋਟਰਸਾਈਕਲ ਪੂਰਾ ਥੱਲੇ ਆ ਗਿਆ ਗੱਡੀ ਥੱਲੇ ਸਰ। ਇਹ ਥਾਣੇ ਤਲਾਹ ਮਿਲੀ ਸੀ ਕਿ ਇੱਕ ਰੇੜੀ ਮਾਰਕੀਟ ਦੇ ਕੋਲ ਐਕਸੀਡੈਂਟ ਹੋਇਆ, ਰੋਡ ਐਕਸੀਡੈਂਟ। ਮੈਂ ਮੌਕੇ 'ਤੇ ਗਿਆ, ਮੌਕੇ ਜਾ ਕੇ ਦੇਖਿਆ ਇਹ ਕਾਰ I-20 ਕਾਰ ਸੀ, ਚਿੱਟੀ ਰੰਗ ਦੀ, ਮੋਟਰਸਾਈਕਲ ਦੇ ਉੱਤੇ ਚੜ੍ਹੀ ਸੀ। ਉਹ ਮੋਟਰਸਾਈਕਲ ਕਾਫੀ ਟੁੱਟ ਭੱਜ ਹੋਈ ਸੀ, ਉਹਦੇ ਨਾਲ ਹੋਰ ਵੀ ਪਤਾ ਲੱਗਾ 3 ਮੋਟਰਸਾਈਕਲ ਹੋਰ ਵੀ ਟੁੱਟੇ ਆ। ਤਾਂ ਉਹਨਾਂ ਵਿੱਚੋਂ ਬੰਦਿਆਂ ਨੂੰ ਲਿਆਦਾ ਆ, ਉਹਨਾਂ ਦਾ ਮੈਡੀਕਲ ਕਰਾ ਰਹੇ ਹਾਂ। ਜਿੱਦਾਂ ਦੀ ਉਹ ਦੇਣਗੇ ਕੰਪਲੇਂਟ, ਮੋਟਰਸਾਈਕਲ ਟੁੱਟੇ ਜਿਹਨਾਂ ਦਾ ਨੁਕਸਾਨ ਹੋਇਆ, ਉਸੇ ਹਿਸਾਬ ਨਾਲ ਇਹਨਾਂ ਦੇ ਖਿਲਾਫ਼ ਕਾਰਵਾਈ ਕਰ ਦਿੱਤੀ। ਕਾਰ ਵਾਲੇ ਕੌਣ ਹੈ? ਕਾਰ ਵਾਲੇ ਦਾ ਨਾਂ ਹੈਗਾ ਮੁੰਡਾ ਗਗਨ ਆ, ਗਗਨ ਚਲਾ ਰਿਹਾ ਸੀ। ਉਹਨੂੰ ਗਗਨ ਦੇ ਖਿਲਾਫ਼ ਜੋ ਬਣਦੀ ਕਾਰਵਾਈ ਕਰਾਂਗੇ। ਇਹ ਗਗਨ ਤਾਂ ਕਾਰ ਗਗਨ ਦੀ ਹੈ ਜੀ? ਨਹੀਂ, ਕਾਰ ਦੂਜਾ ਮੁੰਡਾ ਨਾਲ ਆ, ਉਹਦੀ ਕਾਰ ਆ, ਚਲਾ ਗਗਨ ਰਿਹਾ। ਅਤੇ ਜਿਹੜਾ ਮੁਲਾਜ਼ਮ ਆ ਉਹ ਕਿੱਥੇ ਡਿਊਟੀ ਕਰਦਾ ਆ? ਉਹ ਅੰਮ੍ਰਿਤਸਰ ਆ, ਤਰਨ ਤਾਰਨ ਵਗੈਰਾ ਉੱਥੇ ਕਰ ਰਿਹਾ ਡਿਊਟੀ। ਬਾਕੀ ਉਹਦਾ ਬਾਇਓਡਾਟਾ ਪਤਾ ਕਰਦੇ ਹਾਂ, ਪਤਾ ਕਰਕੇ। ਕੀ ਇਹਨਾਂ ਨੂੰ ਕੋਈ ਨਸ਼ਾ ਵਗੈਰਾ ਕੀਤਾ ਲੱਗਦਾ ਜੀ? ਨਹੀਂ, ਉਹ ਮੈਡੀਕਲ ਕਰਾ ਰਹੇ ਹਾਂ, ਦੇਖਦੇ ਮੈਡੀਕਲ 'ਚ ਕੀ ਆਉਂਦਾ, ਨਸ਼ਾ ਆਉਂਦਾ ਕਿ ਨਹੀਂ ਆਉਂਦਾ। ਅਤੇ ਕੀ ਕਾਰਵਾਈ ਕੀਤੀ ਆ ਤੁਹਾਡੇ? ਕਾਰਵਾਈ ਉਹ ਜਿੱਦਾਂ ਸਟੇਟਮੈਂਟ ਦੇਣਗੇ, ਜਿਹਨਾਂ ਦਾ ਨੁਕਸਾਨ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ।